ਲਵ ਮੈਰਿਜ ਦਾ ਖੌਫਨਾਕ ਅੰਤ ਹੋਇਆ। ਦੱਸ ਦਈਏ ਕਿ ਲਵ ਮੈਰਿਜ ਕਰਨ ਵਾਲੇ ਜੋੜੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 2 ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ ਤਾਂ ਇੱਕ ਪਾਰਕ ਦੇ ਵਿੱਚ ਇਹ ਜੋੜਾ ਬੈਠਾ ਸੀ ਤੇ ਅਚਾਨਕ ਹੀ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ 2 ਬਦਮਾਸ਼ਾਂ ਦੇ ਵੱਲੋਂ ਆਉਂਦੇ ਸਾਰ ਹੀ ਇਹਨਾਂ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਵਿੱਚ ਦੋਵਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ। ਤਾਂ ਦੱਸੀਏ ਕਿ 7 ਦੇ ਕਰੀਬ ਰਾਊਂਡ ਫਾਇਰਿੰਗ ਕੀਤੀ ਗਈ ਹੈ, ਜਿਸ ਦੇ ਵਿੱਚੋਂ ਕਈ ਗੋਲੀਆਂ ਇਹਨਾਂ ਦੋਵਾਂ ਦੇ ਵੱਜੀਆਂ ਤੇ ਦੋਵਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ। ਤਾਂ ਬੇਹੱਦ ਹੀ ਮਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਲਵ ਮੈਰਿਜ ਕਰਾਉਣ ਵਾਲੇ ਜੋੜੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਸਵੇਰੇ ਇਹ ਪਾਰਕ ਦੇ ਵਿੱਚ ਬੈਠੇ ਸੀ ਜਿੱਥੇ ਇਹਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਫਿਲਹਾਲ ਹਮਲਾਵਰ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਖਬਰ ਹਾਂਸੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਪ੍ਰੇਮੀ ਜੋੜੇ ਦਾ ਕਿਹਾ ਜਾ ਸਕਦਾ ਹੈ ਕਿ ਦੋਵਾਂ ਨੇ ਵਿਆਹ ਵੀ ਕਰਵਾ ਲਿਆ ਸੀ ਤੇ ਇਹਨਾਂ ਦਾ ਹੁਣ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਤੇਜਵੀਰ ਵਜੋਂ ਮੁੰਡੇ ਦੀ ਪਹਿਚਾਣ ਹੋਈ ਹੈ ਤੇ ਲੜਕੀ ਦਾ ਨਾਮ ਮੀਨਾ ਦੱਸਿਆ ਜਾ ਰਿਹਾ। ਹਾਲਾਂਕਿ ਮੁੰਡਾ ਨੋਇਡਾ ਦੀ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ 2 ਮਹੀਨੇ ਪਹਿਲਾਂ ਹੀ ਇਹਨਾਂ ਨੇ ਵਿਆਹ ਕਰਵਾਇਆ ਸੀ ਤੇ ਪਾਰਕ ਦੇ ਵਿੱਚ ਜਦੋਂ ਬੈਠੇ ਸੀ ਤਾਂ ਉਸ ਸਮੇਂ ਬਾਈਕ ਦੇ ਉੱਤੇ ਸਵਾਰ ਹੋ ਕੇ 2 ਬਦਮਾਸ਼ ਆਉਂਦੇ ਨੇ ਤੇ ਆਉਂਦੇ ਸਾਰ ਅੰਨੇਵਾਹ ਇਹਨਾਂ ਦੋਹਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਲਵ ਮੈਰਿਜ ਦੇ ਐਂਗਲ ਦੇ ਨਾਲ ਵੀ ਇਸ ਖਬਰ ਨੂੰ ਜੋੜ ਕੇ ਦੇਖਿਆ ਜਾ ਰਿਹਾ। ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹਨਾਂ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ ਨੇ, ਹਮਲਾਵਰ ਕਿਸ ਦੇ ਕਹਿਣ ਦੇ ਉੱਤੇ ਆਏ ਸੀ। ਤਾਂ ਦੱਸ ਦਈਏ ਕਿ ਪਾਰਕ ਦੇ ਵਿੱਚ ਹੁਣ ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤੇ ਪਾਰਕ ਦੇ ਵਿੱਚ ਜੋ ਆਏ ਲੋਕ ਸੀ ਉਹਨਾਂ 'ਚ ਵੀ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤੇ ਲੋਕਾਂ ਦੇ ਵੱਲੋਂ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਇਸ ਘਟਨਾ ਦੇ ਬਾਰੇ। ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਤੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਨੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਘਟਨਾ ਸੰਬੰਧੀ ਸੂਚਿਤ ਕਰ ਦਿੱਤਾ ਹੈ। ਤਾਂ ਹਾਂਸੀ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ, ਪਾਰਕ ਦੇ ਵਿੱਚ ਬੈਠੇ ਇੱਕ ਜੋੜੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 2 ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ। ਇਸ ਕੀ ਸੂਚਨਾ ਮਿਲੀ ਥੀ ਹਮਾਰਕੋ ਸੂਬੇ ਕਿ ਹੁਕਮ ਚੰਦ ਪਾਰਕ ਮੇ ਫਾਇਰਿੰਗ ਹੋਈ ਹੈ ਔਰ 2 ਇੱਕ ਲੜਕੇ ਕੀ ਔਰ ਇੱਕ ਲੜਕੀ ਕੀ ਜੋ ਮੀਆਂ ਬੀਵੀ ਦਿਖਾਈ ਦੇ ਰਹੇ ਹੈ ਉਨਕੀ ਮ੍ਰਿਤਯੂ ਹੋ ਗਈ ਹੈ। ਉਸ ਸੂਚਨਾ ਪਰ ਹਮ ਯਹਾਂ ਪਰ ਆਏ ਥੇ ਤੋ ਦੇਖਾ ਕਿ 2 ਡੈਡ ਬੋਡੀ ਪੜੀ ਹੈ ਯਹਾਂ ਪਰ ਜਿਨਕੋ ਗੋਲੀ ਮਾਰੀ ਗਈ ਹੈ, ਤੋ ਇਨਕੀ ਸ਼ਨਾਖਤ ਕਾ ਪ੍ਰਯਾਸ ਕਰਕੇ ਇਨਕੇ ਖਿਲਾਫ਼। ਲੜਕਾ ਕਹਾਂ ਕਾ ਹੈ ਸਾਹਿਬ? ਇਹ ਅਭੀ ਬਡਾਲਾ ਕਾ ਪਤਾ ਚਲਿਆ ਹੈ, ਨਾਮ ਤੇਜਵੀਰ ਪਤਾ ਚਲਿਆ ਹੈ ਇਸਕਾ। ਲੜਕੀ ਕਾ ਸਰ? ਲੜਕੀ ਸੁਲਤਾਨਪੁਰ ਕੀ ਬਤਾ ਰਹੇ ਹੈ ਅਭੀ ਤੱਕ। ਕਿਆ ਸਰ ਕੋਈ ਲਵ ਮੈਰਿਜ ਕਾ ਕੋਈ ਐਂਗਲ ਹੋ ਸਕਦਾ ਹੈ? ਦੇਖੋ ਉਨਕੇ ਪਰਿਵਾਰ ਵਾਲੇ ਆ ਜਾਏਗੇ, ਵਹੀ ਬਤਾਏਗੇ ਕਿ ਕਿਆ ਇਨਕਾ ਵੋ। ਅੱਛਾ, ਲੜਕੀ ਕਿਸ ਪ੍ਰਕਾਰ ਸਰ ਇਹ ਘਟਨਾ ਕੋ ਅੰਜਾਮ ਕੈਸੇ ਦਿਆ ਗਿਆ ਸਰ? ਕਿਆ ਕਿਸ ਹਥਿਆਰ ਕਾ ਇਸਮੇ ਇਸਤੇਮਾਲ ਕੀਆ ਗਿਆ? ਨਹੀਂ, ਜੈਸੇ ਇਨਕੋ ਬੋਡੀ ਦੋਨੋਂ ਕੇ ਦੇਖਨੇ ਪੇ ਪਤਾ ਚਲ ਰਿਹਾ ਕਿ ਇਨਕੋ ਗੋਲੀ ਮਾਰੀ ਗਈ। ਕਿਤਨੀ ਕਿਤਨੀ ਬੁਲਟ ਲਗੀ ਹੈਂਗੀ? ਇਹ ਅਭੀ ਅਭੀ ਇਹ ਪੋਸਟਮਾਰਟਮ ਮੇ ਪਤਾ ਚਲੇਗਾ। ਅੱਛਾ, ਤੋ ਕਿ ਕਿਤਨੀ ਗੋਲੀ ਲਗੀ ਹੈ ਇਨਕੋ? ਕੋਈ ਜ਼ਖਮੀ ਵੀ ਰਹੇਗੇ ਮੌਕੇ ਪੇ ਉਸ ਲੋਕ? ਅਭੀ ਕੋਈ ਦਿਖਾਈ ਦਿਆ ਨਹੀਂ ਮੇਰੇ ਕੋ। ਮੌਕਾ ਵਾਰਦਾਤ ਪੇ ਕੁਝ ਖੋਲ ਮਿਲੇ ਹੈ ਕਿਆ? ਰੱਖੇ ਹੈ ਖੋਲ ਕੁਝ, ਤੋ ਅਭੀ ਵੋ ਤਲਾਸ਼ ਕਰ ਰਹੇ ਹੈ ਕਿਤਨੇ ਖੋਲ ਮਿਲਤੇ ਹੈ। ਲੜਕੀ ਯਾਨੀ ਕਿ ਸੁਲਤਾਨਪੁਰ ਕੀ ਹੈ? ਲੜਕੀ ਸੁਲਤਾਨਪੁਰ ਕੀ ਬਤਾ ਰਹੇ ਹੈ। ਤੋ ਇਸ ਲਈ ਕਿਆ ਕਿਸੇ ਇਨਕਾ ਕੋਈ ਵਹੀਕਲ ਵੀ ਯਹਾਂ ਮਿਲਾ ਹੈ ਸਰ? ਕਿਸ ਵਹੀਕਲ? ਨਹੀਂ, ਇੱਕ ਵਹੀਕਲ ਕੀ ਹੈ, ਚਾਬੀ ਰੱਖੀ ਆ ਸ਼ਾਇਦ ਮੋਟਰਸਾਈਕਲ ਕੀ ਹੈ, ਲੇਕਿਨ ਉਸਕੀ ਕੌਨ ਸੇ ਨੰਬਰ ਹੈ ਇਹ ਅਭੀ ਉਨਕੇ ਪਰਿਵਾਰ ਵਾਲੇ ਆਏਗੇ ਤੋ ਵਹੀ ਬਤਾ ਪਾਏਗੇ। ਪਰਿਵਾਰ ਕੋ ਸੂਚਿਤ ਕਰ ਦਿਆ ਗਿਆ ਹੈ ਸਰ? ਉਨਕੋ ਸੂਚਿਤ ਹੋ। ਲਵ ਮੈਰਿਜ ਹੈ ਯਾ ਇਹ ਕਿਆ ਹੈ ਕੁਛ ਇਸਕਾ ਨਹੀਂ ਪਤਾ ਲੱਗਾ। ਇਹ ਪਰਿਵਾਰ ਵਾਲੇ ਹੀ ਬਤਾ ਪਾਏਗੇ ਆ ਕਰਕੇ। ਯਾ ਵੈਸੇ ਪ੍ਰੇਮੀ ਜੋੜਾ ਹੈ ਯਾ ਕੁਛ? ਨਹੀਂ ਨਹੀਂ, ਪਰ ਮੈਂ ਉਸ ਤੋਂ ਰਿਵੀਲ ਕੀਜੀਏਗਾ ਕਿ ਲਈ ਨਹੀਂ, ਜਬ ਤੱਕ ਮੈਨੂੰ ਪਤਾ ਨਹੀਂ ਚੱਲਿਆ ਕੈਸੇ ਰਿਵੀਲ ਕਰਦਾ। ਅੱਛਾ, ਕੁਛ ਨਹੀਂ ਹੈ? ਨਹੀਂ, ਇਹ ਮੈਰਿਡ ਥੇ ਯਾ ਅਨਨੋਨ? ਮੈਂ ਵਹੀ ਤੋਂ ਕਹਿ ਰਹਾ ਹੂੰ ਅਭੀ ਆਪ। ਲਵ ਮੈਰਿਜ ਦਾ ਖੌਫਨਾਕ ਅੰਤ ਹੋਇਆ। ਦੱਸ ਦਈਏ ਕਿ ਲਵ ਮੈਰਿਜ ਕਰਨ ਵਾਲੇ ਜੋੜੇ ਦਾ ਸ਼ਰੇਆਮ ਗੋਲੀਆਂ ਮਾਰ ਕੇ
ਕਤਲ ਕਰ ਦਿੱਤਾ ਗਿਆ। 2 ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ ਤਾਂ ਇੱਕ ਪਾਰਕ ਦੇ ਵਿੱਚ ਇਹ ਜੋੜਾ ਬੈਠਾ ਸੀ ਤੇ ਅਚਾਨਕ ਹੀ ਬਾਈਕ ਦੇ ਉੱਤੇ ਸਵਾਰ ਹੋ ਕੇ ਆਏ 2 ਬਦਮਾਸ਼ਾਂ ਦੇ ਵੱਲੋਂ ਆਉਂਦੇ ਸਾਰ ਹੀ ਇਹਨਾਂ ਤੇ ਗੋਲੀਆਂ ਚਲਾ ਦਿੱਤੀਆਂ, ਜਿਸ ਦੇ ਵਿੱਚ ਦੋਵਾਂ ਦੀ ਹੀ ਮੌਕੇ ਤੇ ਮੌਤ ਹੋ ਗਈ ਹੈ। ਤਾਂ ਦੱਸੀਏ ਕਿ 7 ਦੇ ਕਰੀਬ ਰਾਊਂਡ ਫਾਇਰਿੰਗ ਕੀਤੀ ਗਈ ਹੈ, ਜਿਸ ਦੇ ਵਿੱਚੋਂ ਕਈ ਗੋਲੀਆਂ ਇਹਨਾਂ ਦੋਵਾਂ ਦੇ ਵੱਜੀਆਂ ਤੇ ਦੋਵਾਂ ਨੇ ਮੌਕੇ ਤੇ ਹੀ ਦਮ ਤੋੜ ਦਿੱਤਾ ਹੈ। ਤਾਂ ਬੇਹੱਦ ਹੀ ਮਦਭਾਗੀ ਖਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਲਵ ਮੈਰਿਜ ਕਰਾਉਣ ਵਾਲੇ ਜੋੜੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਸਵੇਰੇ ਇਹ ਪਾਰਕ ਦੇ ਵਿੱਚ ਬੈਠੇ ਸੀ ਜਿੱਥੇ ਇਹਨਾਂ ਦਾ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਫਿਲਹਾਲ ਹਮਲਾਵਰ ਮੌਕੇ ਤੋਂ ਫਰਾਰ ਦੱਸੇ ਜਾ ਰਹੇ ਨੇ। ਤਾਂ ਦੱਸ ਦਈਏ ਕਿ ਖਬਰ ਹਾਂਸੀ ਤੋਂ ਸਾਹਮਣੇ ਆ ਰਹੀ ਹੈ, ਜਿੱਥੇ ਕਿ ਇੱਕ ਪ੍ਰੇਮੀ ਜੋੜੇ ਦਾ ਕਿਹਾ ਜਾ ਸਕਦਾ ਹੈ ਕਿ ਦੋਵਾਂ ਨੇ ਵਿਆਹ ਵੀ ਕਰਵਾ ਲਿਆ ਸੀ ਤੇ ਇਹਨਾਂ ਦਾ ਹੁਣ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। ਤਾਂ ਤੇਜਵੀਰ ਵਜੋਂ ਮੁੰਡੇ ਦੀ ਪਹਿਚਾਣ ਹੋਈ ਹੈ ਤੇ ਲੜਕੀ ਦਾ ਨਾਮ ਮੀਨਾ ਦੱਸਿਆ ਜਾ ਰਿਹਾ। ਹਾਲਾਂਕਿ ਮੁੰਡਾ ਨੋਇਡਾ ਦੀ ਇੱਕ ਕੰਪਨੀ ਦੇ ਵਿੱਚ ਕੰਮ ਕਰਦਾ ਸੀ ਤੇ 2 ਮਹੀਨੇ ਪਹਿਲਾਂ ਹੀ ਇਹਨਾਂ ਨੇ ਵਿਆਹ ਕਰਵਾਇਆ ਸੀ ਤੇ ਪਾਰਕ ਦੇ ਵਿੱਚ ਜਦੋਂ ਬੈਠੇ ਸੀ ਤਾਂ ਉਸ ਸਮੇਂ ਬਾਈਕ ਦੇ ਉੱਤੇ ਸਵਾਰ ਹੋ ਕੇ 2 ਬਦਮਾਸ਼ ਆਉਂਦੇ ਨੇ ਤੇ ਆਉਂਦੇ ਸਾਰ ਅੰਨੇਵਾਹ ਇਹਨਾਂ ਦੋਹਾਂ ਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ। ਹਾਲਾਂਕਿ ਲਵ ਮੈਰਿਜ ਦੇ ਐਂਗਲ ਦੇ ਨਾਲ ਵੀ ਇਸ ਖਬਰ ਨੂੰ ਜੋੜ ਕੇ ਦੇਖਿਆ ਜਾ ਰਿਹਾ। ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਕਿ ਆਖਰ ਇਹਨਾਂ ਨੂੰ ਗੋਲੀਆਂ ਕਿਉਂ ਮਾਰੀਆਂ ਗਈਆਂ ਨੇ, ਹਮਲਾਵਰ ਕਿਸ ਦੇ ਕਹਿਣ ਦੇ ਉੱਤੇ ਆਏ ਸੀ। ਤਾਂ ਦੱਸ ਦਈਏ ਕਿ ਪਾਰਕ ਦੇ ਵਿੱਚ ਹੁਣ ਇਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਨੇ ਤੇ ਪਾਰਕ ਦੇ ਵਿੱਚ ਜੋ ਆਏ ਲੋਕ ਸੀ ਉਹਨਾਂ 'ਚ ਵੀ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ ਤੇ ਲੋਕਾਂ ਦੇ ਵੱਲੋਂ ਹੀ ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਇਸ ਘਟਨਾ ਦੇ ਬਾਰੇ। ਮੌਕੇ ਦੇ ਉੱਤੇ ਪੁਲਿਸ ਪਹੁੰਚਦੀ ਹੈ ਤੇ ਹੁਣ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਫਿਲਹਾਲ ਪੁਲਿਸ ਨੇ ਦੋਵਾਂ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਇਸ ਘਟਨਾ ਸੰਬੰਧੀ ਸੂਚਿਤ ਕਰ ਦਿੱਤਾ ਹੈ। ਤਾਂ ਹਾਂਸੀ ਦੇ ਵਿੱਚ ਇਹ ਮਾਮਲਾ ਸਾਹਮਣੇ ਆਇਆ, ਪਾਰਕ ਦੇ ਵਿੱਚ ਬੈਠੇ ਇੱਕ ਜੋੜੇ ਦਾ ਸ਼ਰੇਆਮ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ। 2 ਮਹੀਨੇ ਪਹਿਲਾਂ ਹੀ ਦੋਵਾਂ ਦਾ ਵਿਆਹ ਹੋਇਆ ਸੀ। ਇਸ ਦੀ ਸੂਚਨਾ ਮਿਲੀ ਸੀ ਹਮਾਰਕੋ ਸੂਬੇ ਕਿ ਹੁਕਮ ਚੰਦ ਪਾਰਕ ਮੇ ਫਾਇਰਿੰਗ ਹੋਈ ਹੈ ਔਰ 2 ਇੱਕ ਲੜਕੇ ਕੀ ਔਰ ਇੱਕ ਲੜਕੀ ਕੀ ਜੋ ਮੀਆਂ ਬੀਵੀ ਦਿਖਾਈ ਦੇ ਰਹੇ ਹੈ ਉਨਕੀ ਮ੍ਰਿਤਯੂ ਹੋ ਗਈ ਹੈ। ਉਸ ਸੂਚਨਾ ਪਰ ਹਮ ਯਹਾਂ ਪਰ ਆਏ ਥੇ ਤੋ ਦੇਖਾ ਕਿ 2 ਡੈਡ ਬੋਡੀ ਪੜੀ ਹੈ ਯਹਾਂ ਪਰ ਜਿਨਕੋ ਗੋਲੀ ਮਾਰੀ ਗਈ ਹੈ ਤੋ ਇਨਕੀ ਸ਼ਨਾਖਤ ਕਾ ਪ੍ਰਯਾਸ ਕਰਕੇ ਇਨਕੇ ਖਿਲਾਫ ਲੜਕਾ ਕਹਾਂ ਕਾ ਹੈ ਸਾਹਿਬ ਇਹ ਅਭੀ ਬਡਾਲਾ ਕਾ ਪਤਾ ਚਲਿਆ ਹੈ ਨਾਮ ਤੇਜਵੀਰ ਪਤਾ ਚਲਿਆ ਹੈ ਇਸਕਾ ਲੜਕੀ ਕਾ ਸਰ ਲੜਕੀ ਸੁਲਤਾਨਪੁਰ ਕੀ ਬਤਾ ਰਹੇ ਹੈ ਅਭੀ ਤੱਕ ਕਿਆ ਸਰ ਕੋਈ ਲਵ ਮੈਰਿਜ ਕਾ ਕੋਈ ਐਂਗਲ ਦੇਖੋ ਉਨਕੇ ਪਰਿਵਾਰ ਵਾਲੇ ਆ ਜਾਏਗੇ ਵਹੀ ਬਤਾਏਗੇ ਕਿ ਕਿਆ ਇਨਕਾ ਵੋ ਲੜਕੀ ਕਿਸ ਪ੍ਰਕਾਰ ਸਰ ਇਹ ਘਟਨਾ ਕੋ ਅੰਜਾਮ ਕੈਸੇ ਦਿਆ ਗਿਆ ਸਰ ਕਿਆ ਕਿਸ ਹਥਿਆਰ ਕਾ ਇਸਮੇ ਇਸਤੇਮਾਲ ਕੀਆ ਨਹੀਂ ਜੈਸੇ ਇਨਕੋ ਬੋਡੀ ਦੋਨੋਂ ਕੇ ਦੇਖਨੇ ਪੇ ਪਤਾ ਚਲ ਰਿਹਾ ਕਿ ਇਨਕੋ ਗੋਲੀ ਮਾਰੇਗੀ ਕਿਤਨੀ ਕਿਤਨੀ ਬੁਲਟ ਲੱਗੀ ਹੈਗੀ ਇਹ ਅਭੀ ਅਭੀ ਇਹ ਪੋਸਟਮਾਰਟਮ ਮੇ ਪਤਾ ਚਲੇਗਾ ਅੱਛਾ ਤੋ ਕਿ ਕਿਤਨੀ ਗੋਲੀ ਲੱਗੀ ਹੈ ਇਨਕੋ ਵੀ ਰਹੇਗੇ ਮੌਕੇ ਪੇ ਉਸ ਲੋਕ ਅਭੀ ਕੋਈ ਦਿਖਾਈ ਦਿਆ ਨਹੀਂ ਮੇਰੇ ਕੋ ਮੌਕੇ ਵਾਰਦਾਤ ਪੇ ਕੁਝ ਖੋਲ ਮਿਲੇ ਹੈ ਕਿਆ ਰੱਖੇ ਹੈ ਖੋਲ ਕੁਝ ਤੋ ਅਭੀ ਉਹ ਤਲਾਸ਼ ਕਰ ਰਹੇ ਹੈ ਕਿਤਨੇ ਖੋਲ ਮਿਲਤੇ ਹੈ ਲੜਕੀ ਯਾਨੀ ਸੁਲਤਾਨਪੁਰ ਕੀ ਹੈ ਲੜਕੀ ਸੁਲਤਾਨਪੁਰ ਕੀ ਬਤਾ ਰਹੇ ਹੈ ਤੋ ਇਸ ਲਈ ਕਿਆ ਕਿਸੇ ਇਨਕਾ ਕੋਈ ਵਹੀਕਲ ਵੀ ਯਹਾਂ ਮਿਲਾ ਹੈ ਸਰ ਕਿਸ ਵਹੀਕਲ ਨਹੀਂ ਇੱਕ ਵਹੀਕਲ ਕੀ ਹੈ ਚਾਬੀ ਰੱਖੀ ਆ ਸ਼ਾਇਦ ਮੋਟਰਸਾਈਕਲ ਕੀ ਹੈ ਲੇਕਿਨ ਉਸਕੀ ਕੌਨ ਸੇ ਨੰਬਰ ਹੈ ਇਹ ਅਭੀ ਉਨਕੇ ਪਰਿਵਾਰ ਵਾਲੇ ਆਏਗੇ ਤੋ ਵਹੀ ਬਤਾ ਪਾਏ ਪਰਿਵਾਰ ਕੋ ਸੂਚਿਤ ਕਰ ਦਿਆ ਗਿਆ ਹੈ ਸਰ ਉਨਕੋ ਸੂਚਿਤ ਹੋ ਲਵ ਮੈਰਿਜ ਹੈ ਯਾ ਇਹ ਕਿਆ ਹੈ ਕੁਛ ਇਸਕਾ ਨਹੀਂ ਪਤਾ ਲੱਗ ਰਿਹਾ ਇਹ ਪਰਿਵਾਰ ਵਾਲੇ ਹੀ ਬਤਾ ਪਾਏਗੇ ਆ ਕਰਕੇ ਯਾ ਵੈਸੇ ਪ੍ਰੇਮੀ ਜੋੜਾ ਹੈ ਯਾ ਕੁਛ ਨਹੀਂ ਨਹੀਂ ਪਰ ਮੈਂ ਕੁਛ ਤੋਂ ਰਿਵੀਲ ਕੀਜੀਏਗਾ ਕਿ ਲਈ ਨਹੀਂ ਜਬ ਤੱਕ ਮੈਨੂੰ ਪਤਾ ਨਹੀਂ ਚੱਲਿਆ ਕੈਸੇ ਰਿਵੀਲ ਕਰਦਾ ਅੱਛਾ ਕੁਛ ਨਹੀਂ ਹੈ ਨਹੀਂ ਇਹ ਮੈਰਿਡ ਥੇ ਯਾ ਅਨਨੋਨ ਮੈਂ ਵਹੀ ਤੋਂ ਕਹਿ ਰਹਾ ਹੂੰ ਅਭੀ ਆਪ